चेतन लगदा तेरे बाजो मेरे हार दिए सौ तेरी सौ लगे पक्की गल कहना मैं मैनू सुनी सुनी लगदी दुनिया सारी लबे मड़ा तू भी दिवाज मूना कर दे तू धरती माता तू बड़ी तेथो बड़ा ना कोई धरती उठा पब तरा मेरा सुरग च बसा हो कलाकारा की जिंदगी अज तो स्टार्ट है साडा एक गाना बड़ा मकबूल हो रहा है इंडिका इंडिका केड़ी जिहड़ी सागर की बोटी चला लैंदी है इमीजिएटली है कोई मेरी मजबूरी मैनू सेती वे ड्राइवली सिखा दे इमीजिएटली है कोई मेरी मजबूरी मैनू चल ਬਾਹਰ ਨਹੀਂ ਜਾਣਾ ਹੈਗਾ ਮੈਂ ਤੈਨੂੰ ਦੱਸਾਂ ਲੋਕ ਕੀ ਕਹਿਣਗੇ ਲੋਕਾਂ ਨੇ ਕੀ ਕਹਿਣਾ ਹੈ ਲੋਕ ਤਾਂ ਕਹਿੰਦੇ ਰਹਿੰਦੇ ਨੇ ਨਾਲੇ ਕਲਾਕਾਰ ਬੰਦੇ ਤਾਂ ਸਟੇਜਾਂ ਤੇ ਚੜਦੇ ਨੇ ਦੁਨੀਆ ਦੇਖਦੀ ਹੈ ਸਾਨੂੰ ਬੇ ਬਸ ਕਰ ਜਾ ਤਾਂ ਕਈ ਸਟੇਜਾਂ ਲਾ ਕਰਤੀਆਂ ਮੈਨੂੰ ਪਤਾ ਹੈ ਦੇਖਿਆ ਮੈਂ ਤੈਨੂੰ ਸਭ ਕੁਝ ਗਾਉਂਦੇ ਨੇ ਮੇਰੀ ਗੱਲ ਸੁਣ ਲਓ ਭੈਣ ਜੀ ਮੈਨੂੰ ਨਵੀਂ ਨੌਕਰੀ ਮਿਲੀ ਆ ਪਿੰਦੇ ਸਾਰਾ ਜੋਵਾਲੀਆ ਦੇ ਨਾਲ ਮੈਂ ਉਹਦੇ ਪਿੱਛੇ ਖੜ ਕੇ ਗਾਉਣਾ ਓਏ ਹੋਏ ਬੰਦੇ ਅੱਛਾ ਤਾਹੀਆ ਬਾਣਾ ਉਹਦੇ ਵਾਲਾ ਪਾਰਖੇ ਪਿੰਦੇ ਸਾਰਾ ਜੋਵਾਲੀਏ ਵਾਲਾ ਹੈਨਾ ਹਾਂ ਪਤਾ ਗੱਲ ਕੀ ਦੀ ਤੂੰ ਕਰੇਗਾ ਉਹਦੀ ਰੀਸ ਸੜਿਆ ਹੋਇਆ ਨਹੀਂ ਮੇਰੀ ਗੱਲ ਤਾਂ ਸੁਣ ਲਓ ਮੇਰੀ ਮਤਲਬ ਮੈਂ ਕੱਪੜੇ ਉਰੀ ਰੱਖ ਗਿਆ ਉਹ ਮੇਰੇ ਕੱਪੜੇ ਮੈਲੇ ਹੋ ਗਏ ਜਦੋਂ ਮੇਰੇ ਕੱਪੜੇ ਮੈਲੇ ਹੋ ਗਏ ਫਿਰ ਮੈਂ ਕੱਪੜੇ ਉਹਨਾਂ ਵਾਲੀ ਪਾ ਲਏ ਹਾਂ ਮੈਂ ਦੱਸ ਆਹ ਦਾੜੀ ਦਾ ਕਿ ਹੋਲੀਆ ਵਗਿਆੜਿਆ ਅੱਧੀ ਚਿੱਟੀ ਅੱਧੀ ਕਾਲੀ ਦੇਖੋ ਮੇਰੇ ਪਹਿਰਾਵੇ ਤੇ ਨਾ ਜਾਓ ਜੀ ਕਲਾਕਾਰ ਬੰਦੇ ਤਾਂ ਹੀ ਹੁੰਦੇ ਨੇ ਬਾਕੀ ਜੇ ਗੱਲ ਦਾੜੀ ਦੀ ਕਰਦੇ ਹੋ ਆਪਣ ਤਾਂ ਜੱਜੀ ਬੈਂਸ ਵਾਂਗੂ ਆਪਦਾ ਹੀ ਸਟਾਈਲ ਹੈ ਵੱਖਰਾ ਸਵਾਇਗ ਨਹੀਂ ਹਾਂ ਅੱਛਾ ਵੇ ਜੱਜੀ ਬੈਂਸ ਤਾਂ ਜੱਜੀ ਬੈਂਸ ਕੀ ਤੂੰ ਤਾਂ ਸਾਡੇ ਪਿੰਡ 'ਚ ਬੈਂਸਾਂ ਪਵਾਤੀਆਂ ਇਹੋ ਜਿਹਾ ਬੈਂਸ ਬਣਿਆ ਤੂੰ ਨਾ ਮੈਂ ਕਿਸੇ ਨਾਲ ਕੋਈ ਬੈਂਸ ਨਹੀਂ ਪਵਾਈ ਬੈਂਸਾਂ ਪਵਾਉਣ ਵਾਲੇ ਬੰਦੇ ਹੋਰ ਨੇ ਤੁਸੀਂ ਪਰਖ ਕਰੋ ਆਪਾਂ ਚੱਲਿਆਂ ਬਾਹਰ ਮੈਂ ਤਾਂ ਸਟੇਜ ਸ਼ੋਅ ਲਾਉਣਾ ਜੀ ਚੱਲ ਮੇਰੀ ਗੱਲ ਸੁਣ ਲੈ ਗੱਲ ਹੋਈ ਮੁੱਕੀ ਚੱਲ ਹੁਣ ਤੂੰ ਅੰਦਰ ਬੈਠ ਮੈਂ ਤੈਨੂੰ ਚਾਹ ਪਾਣੀ ਕਰਕੇ ਦੇਵਾਂਗੀ ਐਵੇਂ ਬਾਹਰ ਜਲੂਸ ਨਾ ਕੱਢ ਜੇ ਸਾਨੂੰ ਹੁਣ ਕੰਮ ਮਿਲਣ ਲੱਗ ਗਿਆ ਤੁਸੀਂ ਸਾਨੂੰ ਅੰਦਰ ਤਾੜੋਗੇ ਅਸੀਂ ਤਾਂ ਜਾਵਾਂਗੇ ਮੈਂ ਤਾਂ ਜਾ ਰਿਹਾ ਜੀ ਕੰਮ ਮੈਨੂੰ ਤੂੰ ਵਕੀਲ ਲੱਗ ਗਿਆ ਤੁਸੀਂ ਮੈਨੂੰ ਅੰਦਰ ਤਾੜ ਦੇ ਲੋ ਫਿਰਦੇ ਹੋ ਗਾਜਰ ਨੇ ਤਾਂ ਦੁਨੀਆ ਤੇ ਰਾਜ ਕਰਨਾ ਦੁਨੀਆ ਜਿੱਤਣ ਆਏ ਆ ਕੱਲੇ ਤੈਨੂੰ ਆਪਾਂ ਚੱਲਿਆ देख ला रुड़ जाना ओ भज गया कट्टा बेड़ी बैठी वाला हूँ सारे पिंड च साडा जुलूस कढ़ूगा मारी जाड़ वाले ने लहू पी रखे साडे घर दा तमाशा बना रखे ना हूँ करनैल करे भी इहनू रोक ले दस मैं की करा मारी जाड़ वाला ना होवे तां चार बंदे नूं बह के बुला के गल कर लांगे चल तेरी मर्जी आ भरावा जिंदर क्यों तख्ता भन्ने यार आई तो आ जाने ससरी गल फुफड़ जी यार तो बोल दे ओ जिंदरा ये साले किधरों आ की हो गया तेनू और बिल्लू है और ठीक है तू तो बुलाउन दी गल में बार जमे पत्ते लोट है ठीक है फुफड़ जी हैं चाय पानी मैं लेकर के ले इथी खड़ जो लेके आओ आ गुड्डी कावना मैं नहीं पहचानी ये मैं मर जा क्यों टिचरा कर दियो जी हूं ਕੌਣ ਹੈ ਤੇਰੇ ਘਰ ਦੇ ਨੇ ਹੋਰ ਕੌਣ ਨੇ ਨਾ ਨਾ ਮਰ ਗਈ ਦੀ ਬਈ ਨੀਰੋ ਹੈ ਨਾ ਨਾ ਮੈਂ ਤਾਂ ਗਤੀ ਕਰਾਇਆ ਸੀ ਭੋਈ ਜਾ ਕੇ ਤਾਂ ਮਰ ਗਈ ਸੀ ਆਪਣੇ ਕਣੀਓ ਤਾਂ ਆਪਦੇ ਆਪ ਹੀ ਕਰਾਇਆ ਗਤੀ ਹਾਂ ਨਾ ਨਾ ਪਤਾ ਕਰਾਇਆ ਆਪਾਂ ਦਾ ਕਾਗਜ਼ੀ ਕਾਰਵਾਈ ਕਰਾ ਦੀ ਸੀ ਬਾਹਰ ਖੋਲ ਬਾਹਰ ਹੋ ਜਾਂਦੀ ਹੁੰਦੀ ਨਹੀਂ ਆਏ ਨਹੀਂ ਬਾਹਰ ਖੋਲਦਾ ਦੇਖਾ ਤੁਸੀਂ ਆ ਜਾਓ ਜੀ ਸਦ ਕੇ ਤੀਜਾ ਬੰਦਾ ਮੇਰੇ ਘਰੇ ਨਾ ਵੜੇ ਲੈ ਇਹਦਾ ਘਰ ਹੈ ਹਾਂ ਇਹਦਾ ਘਰ ਮਕਲਾਵਿਆਂ 'ਚ ਰਹਿ ਗਿਆ ਸੀਮੀ ਨੇ ਤਾਂ ਉਹਦੀ ਪੇਕੀ ਲਾ ਕੇ ਆਈ ਇਹ ਮੇਰਾ ਸਾਲਾ ਮੀਂਹ 'ਚ ਸੱਤ ਚਾਉਂਦੀ ਸੀ ਉਹ ਤਾਂ ਕੋਈ ਆਇਆ ਨਹੀਂਗਾ ਕੋਈ ਗੁੱਸਾ ਗਿੱਲਾ ਚਾਰ ਬੰਦੇ ਬਹਿ ਕੇ ਗੱਲ ਕਰ ਲੈਂਦੇ ਕਿਉਂ ਕਰਾਂ ਚਾਰ ਬੰਦਿਆਂ 'ਚ ਗੱਲ ਯਾਰ ਕਿਉਂ ਕਰਾਂ ਦੇਣਾ ਮੈਂ ਕੁਛ ਚੱਲ ਕੋਈ ਵੀ ਗੱਲਬਾਤ ਹੋਊ ਮੈਂ ਬੈਠਾਂ ਤੂੰ ਤਾਂ ਉਦੋਂ ਦੀ ਬੈਠਾਂ ਜਦੋਂ ਦਾ ਵਿਆਹੀ ਆ ਇਹ ਉਦੋਂ ਤਾਂ ਲੈ ਕੇ ਨਾ ਆਇਆ ਹੁਣ ਤੈਨੂੰ ਅੱਜ ਭੈਣ ਦੀ ਘਰ ਦੀ ਗਿਆ ਪਰਉਣੇ ਦਾ ਉਹ ਚੱਲ ਗੁੱਸੇ ਠੰਡੇ ਹੋ ਗਏ ਹੁਣ ਚੱਲ ਐਂ ਕਰੋ ਖੜੋ ਇੱਥੇ ਆਉਂਦਾ ਕਾਰ ਵਿਹਾਰ ਕਰ ਲਾਂ ਤੇਲ ਲਿਆਉਣਾ ਜੀ ਮੈਂ ਕਿਵੇਂ ਮੁਸਕਰੀਆਂ ਹੱਸਦੀ ਆ ਸੜੇ ਹਾਣ
देख ला आए नहीं बोलनो हटदा देख ला वीरे चल भाई तू भी चुप कर मेरा साला मैं तो ये सोचा थी मैं नवी शुरुआत करूँ किसी चंगी जी लड़की ना तो मेरा साला पहले ना रंडी रोना दोबारे फिर आ गया मेरा साला लेके आ देख बाहर चा खड़िया मेरा साला कोई फोन नहीं कोई होर नहीं कोई बहन नहीं बना लेंदे अब ब्यों तो खेडनी पू नहीं मेरे साली तो फिर कब्जा कर लूँ घरते भाई इन्हों के अंदर बुला उत्ते बसा चादर आना मैं मेरा साला जो सी महीने तवे तो हथ मचाए नहीं वह बदला तो लाई दी होर नहीं याद तो रखूगी भी केरा गई थी आ गया वो आ गया दो मिनट खड़ जाओ दोनों बिठाऊ मेरे साल चलो जवाक का तो की कसूर वो तुसी फोन फान तो कर देंदे मैं कोई खाण पीन लिया समान दोबारे ब्याह होने वाला काम हो गया भाई ना चल आया भी हुण जदों ये मुड़े आई मेरे साले माड़े कर्म मेड़े मुड़े आई ये जवाक देख ला किन्नी लिया तला भाई जो मैं पानी तो नहीं लिया चल कोई नहीं मैं ले आउनी पानी तो और इधर किधर जाना तहा मेरे साले अंदर बढ़ता है हां सौ कबीलदारी और आ जा तेरे बरके दा नहीं पता मेरे साला रिमोट ही ले जा टीवी वाला जाके खर जा इत्थे भुनना की नंग मलंगा गल नंग मलंग दी नहीं है गल तां भी तुसी बैठो चाह पानी पियो सानू सारा घर दिखाऊंगा अच भी क्यों करदे हो मेरा बिड भन टुटिया टुटिया पिया टुटा किथे पिया हाय देख हाय टुट गया मेरे साले ने अनुसार मेरा बिड भनता मेरे साले पता है कैल दी लकड़ दाती है केस उस उठे ते हुण तुसी उही दसो भी नुकसान करन आयो की तेरे मन च है हां मन च की है भाई थोड़े मन च है बेईमानी थोड़े मन च बेईमानी है तुसी नुकसान करन आयो मेरे घर दा फिर की हो ना जी आपा दा केस करावांगे आपा आ हुण नहीं टुटिया बिड दा की आ हुण नहीं टुटिया आ मैं टुटा पहला टुटिया होया आ हुण नहीं टुटिया हैं केस होगा बाबे हो गल सारी पंचायत बैठू ता तेन घरे बाबा आऊगा राम आऊ बाबा आऊ बुला मैं कहना कट्टे फुफड़ नू भी बुलाऊ पंचायत सारी बैठूगी पानी आके तू लिया है प्रौना लिया पानी हूं चल कुड़ी तू लिया चल कोई नी पानी मैं लिया रौला ना पा स्टार्टर जिंदा लग्या हो टैंकी च पानी नहीं है गवांडियां दे पियो जे पीने मैं तुहानूं गल दस्सदी मैं बाबे होरां नूं लिआउणा बैठे रहो बार मूरे आ देख ला कितें तां बाबे होरां नहीं लिया तूं लहू पी लिया ए बंदे ने ए नहीं लोट आउंदा ओही गल करदा मैं भी मां मेरे साले दा महां बट्टी जे नहीं कुसा हुण गल आया उधरों तां हुण मैं जाणा हुंदा कितें ਉਧਰੋਂ ਸੰਦੀਪ ਨੇ ਜਾਣਾ ਹੁੰਦਾ ਸਾਡਾ ਪੈਂਦਾ ਭਾਈ ਫਿਰ ਆਪਸ ਵਿੱਚ ਲੜਾਈ ਪੈਂਦੀ ਆ ਕਲੇਸ਼ ਹੁੰਦਾ ਸਾਡੇ ਹੋਰ ਲਿਆ ਸੰਦ ਕੋਈ ਹੁਣ ਮੈਂ ਤੈਨੂੰ ਉਹੀ ਕਹਿਣਾ ਵੀ ਜਾਂ ਤਾਂ ਜੇ ਹੁਣ ਆਪਾਂ 50-60 ਹਜ਼ਾਰ ਦਾ ਕੋਈ ਮੋਟਰਸਾਈਕਲ ਦੇਖੀਏ ਵਧੀਆ ਆ ਠੀਕ ਆ ਮੇਰੇ ਹਿਸਾਬ ਦਾ ਉਹਦਾ ਖਰਚਾ ਫਿਰ ਤੇਲ ਤਾਂ ਪਾਉਣਾ ਹੀ ਤੇਲ ਪਾਉਣਾ ਪਊ ਸਰਪਸਾ ਕਰਾਉਣੀ ਹਾਂ ਜੇ ਮੈਂ ਕੋਈ ਐਂ ਕਹਿੰਦਾ ਸੀ ਮੈਂ ਵਧੀਆ ਨਸਲ ਦਾ ਕੋਈ ਵਧੀਆ ਰਵੇ ਦਾ ਘੋੜਾ ਦੇਖ ਲਈ ਜਾਂ ਘੋੜੀ ਦੇਖ ਲਈ ਆਪਾਂ ਘੋੜਾ ਫਿਰ ਹੋਰ ਵੀ ਮਹਿੰਗਾ ਪਊ ਹੈ ਮੈਂ ਤਾਂ ਫਿਰ ਹੋਰ ਕਹਿੰਦਾ ਜਾ ਜੇ ਤੈਨੂੰ ਆਈ ਹੈ ਖਾਚਰਾ ਲੈ ਬਣਾ खाचरा तो मेरा साल आया खाचरा पीसर जाता मेरा साला गल तोड़ दू अपना कि पीसर गया उधर महंगाई की गल करना सस्ता महंगे की गल करता मैं खाचरा लोट रही ओही गल चल तू तुरदा फिरदा फिर भी सारा पता तेनू भी मैनू कोई राय दे भी आप किवें करिए भी समझ मोटरसाइकल जा अपना हा भी घोड़ा देखिए कोई नहीं लैना गधा है नहीं गधा तो मेरा साल माड़ा हुंदा ਕਦੇ ਤੇ ਬੈਠਾ ਗਏ ਹੁਣ ਕਾਹਦੀਆਂ ਸਕੀਮਾਂ ਹੋ ਰਹੀਆਂ ਨੇ ਸੰਦ ਲੈਣਾ ਜੀ ਨਾ ਅੱਗੇ ਸੰਦ ਘੱਟ ਨੇ ਕਰੇ ਉਹ ਸੰਦ ਦੀ ਗੱਲ ਨਹੀਂ ਕਰਦੇ ਮੈਂ ਤਾਂ ਉਹ ਗੱਲ ਵਾਦੇ ਦੀ ਕਰਦਾ ਵੀ ਹੁਣ ਸਸਤੇ ਦੀ ਗੱਲ ਹਾਂ ਉਹੀ ਗੱਲ ਆ ਨਾਲੇ ਮੇਰੇ ਸਾਲ ਦਾ ਬੰਦਾ ਘੋੜੀ ਘਾੜੀ ਤੇ ਉਹਰਾ ਪਰਾ ਜਾਂਦਾ ਰੁੱਤ ਵੀ ਅੱਡਾ ਸਹੀ ਗੱਲ ਹੈ
मेरी गल सुन लो घरे भी किसी लगाम पा लो घोड़े घोड़िया खरीदन जान दो हां की हो गया गल तो सुन ली होना की जी ओह देख ला कट्टे ने की जुलूस कढ़िया हथ च लै रखी एडी कुडबली जी सारे पिंड च बजाउंदा फिरदा कंजरा माड़ी मोटी तो देख लिया कर तू कोई सुरत कर लिया कर कर दी लग गया होना आई मेहरबानी है सारी ये खरीदा है जे बंदे पिंडाल ना मैं बथेरा रोकया भी अंदर बह जा अंदर बह जा मनी नी मेरी तो उन्हें एक भी नहीं मनी साला मैं तेन होर गल दसदा रोटी तैयार रख बारे देख लड़ाई हो रही थी फिर हो जान दे लड़ाई बह जाओ तू सह चाड़े पता नहीं अपने रिश्ते बन रखा अपने रिश्तेदार नु हां ले अपना केड़ा रिश्तेदार आ गया हुन भला कहे जाती बड़ा आएगा बड़ा जा मेरा मासर ता नहीं किते ना ओ की लेना होगा मेरा नाना भी तन्नू पता मंजे च बैठा तू ता बेचारा तू उई नहीं तुरै जांदा बे कोई होर होना जाके देख ला चार पांच जने फड़ रखे थे ओ बे की देखा मेनू ता ताप चढ़या पया आ परसों तेरे ताई दी मुलाकात ते गई थी देख ला पहला तेरे सामने मैं किन्ना समझाउंदी हुंदी थी काके तन्नू भी समझाउंदी हुंदी थी मैं भी समझाया थी केरा ता जान दिया तेन समझा तू तो अल्लाह शेरी दिता ती आ देख ला उंगला चक्या उंगला ला ला के ना ओ पैरा गड़ा ओ कराती उम्र कैद हूं की करा गे भला आपा मनियो नी मेरी मैं कहा भी जान दे तू जान दे आपका टाइम कट ला घरे बह के की मंगद पर नहीं जो किसी की सुननी नहीं होंगी मैं तो तेन आई कह दी थी तू तो नहीं जाता मुलाकात ती हूं ना मैं नहीं आता हूं तो की लड़ है बई जान दी जो गाउती उदो तो बथेरा मांगर मांगर फिरदा ती हाय ताया करदा करदा सारा पढ़ाउणा होवे मैं दो दिनां च कढ़ा ला और तेरी तक हां बहुत दूर तक पहुंच है हैना जान दे तू एहियां गल्लां ना आया पर रिश्तेदार नूं जाईए छड़ा के ए केड़ा रिश्तेदार आ गया चल तू भी नहीं मैनूं तां टिकण दिंदा हैगा उदो पिछा छुटे हुण तू लग गया पिपल ओरे कदे तैनूं रोटियां दे दो कदे चाह आ चलिए मैं जाना बे चल तुर पैसे जा केड़ा आया होया गल सुन ला हुण मेरी तेनू नवा सूट 5000 दा दबाता ए पासे आसे वास्ते रख ली ए ना होवे महाराणी कहिंदी चौंक तक तू अंदर बैठ सन्नी सुन्नी वाले मैं आपे मुड़ेगा ना बारे जान नु किया आ हुण तां आपां शहर पहुंच के आयांगा हजे रजे नहीं पहुंच के तू मैं तेरे जन्ना नहीं गेड़े दिंदा हैगा तेरे नाल तो मैं कट्टी दिंदा मैं तो काम कार भी कर ला सन्नी सुन्नी भी रला ला हाँ। तू तो तड़की बेली होके तड़की तुर पैनी मैं तो बेली हां होर आ रोटियां तो तेनू गवांडी फड़ा जांदे ने झाड़ू पोचा भी गवांडी कर जांदे ने मेरी गल सुन ला आ करनैल के ना बाग जी 10 मिनटां दे अंदर घरे वापस आउणा चाहिंदा सन्नीआं दा टाइम हो रिहा सन्नी टाइम मैं आ जाऊं ना करनैल के ना की अपनी गोली चलीए भी उहनां दे जाणा नहीं सरीका है जाया काम जदों कोई काम हुंदा जाया भी जांदा ऊं मैं जांदा नहीं बिना गल तो हुण मैनूं तां कुट्टे हुण दे 10 मिंट तू काम कर सन्नी वेले नूं आपे वापस आ जाऊं ठीक है लंघ जा करा टड्डल जा गल ही नहीं सुनता किसे दी मैं तां कहनी आं पेड़ा बैजे करनैल दा लड़ जे मरने दे सुत्ते पै दे सप चंगा भला मशीन ते जांदा सी नाले मैनूं सुख दा साह ती अत पौण नूं रे रोडा लाता भी तेरा बैजे बेड़ा तू ए तो दस किथे धार कढ़ाउणी आं मरने आं भी बग जाण दे कम ते बेड़ी बैठी आला आपणी कोई कम करदा नहीं नूं करन देवे आ 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
तू किन्ना तेर होगा चोरियां कर दें तेनू मोबाइल कड्या मोबाइल दे कवर च 50 रुपए थी ओ मैं तेनू मोड़न लग्या सी केड़ा पिंड है तेरा चोरा दे सारे दे केड़े पिंड होंदे ने कोई ठिकाना नहीं अपना तां ਵੱਡੀਆਂ ਚੋਰੀਆਂ ਕਰੇ ਮੈਂ ਤਾਂ ਕਿਸੇ ਦੇ ਕੁੱਤੇ ਚੱਕ ਕੇ ਵੇਚਤੇ ਹੈ ਜਾਂ ਵੱਧ ਤੋਂ ਵੱਧ 3 ਰੁਪਈਆਂ ਵਾਲੀਆਂ ਰੇੜੀਆਂ ਵੇਚੀਆਂ ਨੇ ਯਾਰ ਹੱਟਾ ਕੱਟਾ ਹੈਗਾ ਤੂੰ ਜਾਣਾ ਪੈਣਾ ਬੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਚੋਰੀ ਨੂੰ 500 ਰੁਪਇਆ ਕਮਾ ਕੇ ਲਿਆਵੇਂ ਚੋਰੀਆਂ ਕਰਦਾ ਚੰਗਾ ਲੱਗਦਾ ਨਹੀਂ ਇਹ ਤਾਂ ਫਿਰ ਆਪਾਂ ਮੇਰਾ ਸ਼ੁਰੂ ਤੋਂ ਬਿਜ਼ਨਸ ਮੇਰਾ ਦੇ ਤਾਂ ਮੋਬਾਈਲ ਬਾਈ ਨੂੰ ਮੋੜ ਤਾਂ ਮੋਬਾਈਲ ਤਾਂ ਪੈਸੇ ਦੇ ਮੈਨੂੰ ਪੈਸੇ 50 ਰੁਪਏ ਉਹ ਤਾਂ ਮੇਰੇ ਨੇ 100 ਲਗੇ ਬਸ 50 ਰੁਪਏ ਉਹ ਤਾਂ ਮੇਰੇ ਨੇਗੇ ਯਾਰ ਇੱਥੇ ਕੀ ਕਰਨਾ ਹੈ ਇੱਥੇ ਪਿੰਡ ਚ ਨਾ ਮੇਰੀ ਕੁੜੀ ਵਿਆਹੀ ਹੋਈ ਆ ਕਿਹਦੇ ਕਣੀ ਪ੍ਰੀਤ ਕੁੜੀ ਮੇਰੀ ਕੁੜੀ ਆਹੋ ਕਿੰਨਾ ਕਣੀ ਬੰਤਾ ਜਿਹੜਾ ਮੇਰਾ ਜਮਾਈ ਉਹ ਵੀ ਪੂਰਾ ਬਦਮਾਸ਼ ਆ ਪੂਰਾ ਨਾਂ ਚੱਲਦਾ ਓਏ ਆਇਆ ਅੱਗੇ ਬਲੇਡ ਬਲੂਟ ਹੁਣ ਟਾਈਮ ਨਾਲ ਆਪਾਂ ਬਦਲ ਦਾਂਗੇ ਹੁਣ ਤਾਂ ਵਿਹਲੇ ਆ ਕਣਕ ਵੱਢਣ ਸਾਰ ਅਗਲੇ ਦਿਨ ਮਸ਼ੀਨ ਚਲਾ ਦਾਂਗੇ 2 ਰੁਪਏ ਬਣ ਜਾਣਗੇ ਹੋਰ ਹੁਣ ਤੂੰ ਯਾਰ ਘੋਲ ਨਾ ਕਰਿਆ ਕਰ ਇੱਕ ਤਾਂ ਤੂੰ ਘੋਲ ਹੀ ਬਾਲਾ ਛੋਟੀਆਂ ਛੋਟੀਆਂ ਗੱਲਾਂ ਦੀ ਘੋਲ ਕਰੀ ਜਾਂਦਾ ਖੋਲ ਮਸ਼ੀਨ ਨੂੰ ਕੱਲ ਨੂੰ ਹੋ ਜਾ ਫੇਰ ਬਦਲ ਲਈ ਬਲੇਟ ਪਾਸੇ ਹੋ ਜਾ ਫੇਰ ਪਾ ਲਈ ਫਿੰਗਰਾਂ ਮਸ਼ੀਨਾਂ ਦੇ ਘਰ ਪੱਟਿਆ ਗਿਆ ਇਹ ਕਿਵੇਂ ਸੁੱਟਿਆ ਜਾਂਦਾ ਮੰਜਾ ਚੱਕੀ ਜਾਂਦਾ ਕੱਲ ਕੀ ਆ ਘਰੇ ਜਾ ਕੇ ਪਤਾ ਲੱਗੂ ਮੁੱਦਾ ਬੱਜ ਗਿਆ ਕਰਤਾ ਮੁੱਦਾ ਬੱਜ ਗਿਆ ਅੰਬਾ ਇਹ ਆ ਕੀ ਹੋ ਗਿਆ ਕਿਹਦਾ ਮੰਜਾ ਚੱਕ ਲਿਆ ਇਹ ਨਾਰੇ ਤੋਂ ਲੈ ਆ ਬਾਈ ਹੈ ਨਾਰੇ ਦੇ ਲੈ ਪੈਸੇ ਦੇ ਦਿਓ ਉਹਨੂੰ ਅਗਲੇ ਨੂੰ ਬਿੱਲੂ ਗਲਤੇ ਬਹਿ ਗਿਆ ਆ ਗਈ ਕਾਲੋ ਕਾਲੋ ਆ ਗਈ ਨਾਲ ਕੱਟੂ ਸ਼ੁਕਰਾ ਕਿੱਧਰ ਨੇ ਮਾਰ ਬੋਲਦੇ ਮੈਂ ਤਾਂ ਘਰੋਂ ਆਇਆ ਨਾ ਨਹੀਂ ਆਇਆ ਘਰ ਮੇਰੇ ਬੇਬੇ ਨੂੰ ਲੈ ਜਾ ਵੀ ਲੜਾਈ ਦੇ ਗੱਡੀ ਜਵਾਬ ਦੇ ਤਾਂ ਦਿੱਤਾ ਮੈਂ ਤਾਂ ਤੈਨੂੰ ਕਿਹਾ ਗੱਲਾਂ ਗੱਲਾਂ ਚ ਜਵਾਬ ਤਾਂ ਦਿੱਤਾ ਮਗਰ ਮੇਰੇ ਕਹਿਣਾ ਇਹ ਨੀ ਲੜਾਈ ਚ ਮਾਰ ਖਾਂਦੇ ਸਾਡਾ ਚਾਹੇ ਡੰਗਰ ਖੋਲ ਕੇ ਲੈ ਜਾ ਉਹ ਵੀ ਨੀ ਲੜਾਈ ਚ ਮਾਰ ਕੱਟੀਆਂ ਬੱਚਿਆਂ ਖੋਲ ਲਾ ਤੂੰ ਨਾਲ ਚੱਲ ਲੰਬੂ ਰੋੜੀ ਕੁੱਟ ਮੰਗਾ ਰਹੀ ਘਰ ਢਾਉਣ ਦਾ ਕਰ ਲੈ ਕਰ ਲੈ ਗੱਲ ਪਵਨਾ ਦਾ ਕੀ ਸੀ ਉਹ ਚੰਦਰੇ ਮੂੰਹ ਵਾਲੀ ਬਾਂਸ ਬੋਕੇ ਲਈ ਨਾਲ ਜਿੱਕ ਲਈ ਕਹਿੰਦੀ ਨਹੀਂ ਗਾਹ ਪਹੁੰਚਾ ਲੈ ਜਾਊ ਘਰ ਨੂੰ ਦੱਸ ਨਾਲ ਖੜੋ ਨਾ ਹੁਣ ਹੁਣ ਨਾਲ ਖੜੋ ਉਦੋਂ ਚੱਕਾਂ ਦੇ ਘਰ ਪੱਟ ਤੇ ਹੁਣ ਨਾਲ ਨੀ ਖੜਦੇ ਮੈਂ ਖੜੂ ਤੇਰੇ ਨਾਲ ਚਲੋ ਫਿਰ ਜੀ ਨਾਲ ਚਲੋ ਮੇਰੇ ਹਾਂ ਉੱਥੇ ਜਾ ਕੇ ਕੋਈ ਗੱਲ ਕਹਿਣੀ ਆ ਕਿ ਭਾਈ ਆਪਦੇ ਜਿਹੜੇ ਘਰੋਂ ਆਈ ਆ ਉਸੇ ਘਰੇ ਵਗ ਜਾ ਹਾਂ ਸਾਨੂੰ ਤਾਂ ਲੋੜ ਨਹੀਂ ਮੈਂ ਤਾਂ ਸੁਣਿਆ ਕੋਈ ਨਹੀਂ ਬਾਹਰ ਪਿਆ ਕਰਾਈ ਬੈਠੀ ਕੋਈ ਨਹੀਂ ਤੂੰ ਰੋ ਨਾ ਮੈਂ ਤੈਨੂੰ ਦੱਸਾਂ ਐਂ ਨਹੀਂ ਕੁਛ ਮੰਨਣਾ ਹੈ ਡੰਡੇ ਦਾ ਡੰਡਾ ਗੁਰੂ ਹੁੰਦਾ ਹੈ ਜਵਾਕ ਆ ਮੇਰਾ ਸਾਲਾ ਉਹ ਅੱਤਾ ਚੁਦਾ ਕੇ ਨਾ ਜਾਣੀ ਕੋਈ ਨਹੀਂ ਕੁਛ ਨਹੀਂ ਚੱਲ ਉਹਨੇ ਇੱਕ ਗੱਲ ਕਹਿਦੀ ਭਾਈ ਜਿੱਧਰੋਂ ਹੀ ਉੱਧਰ ਹੀ ਭਾਗ ਜਾ ਹਾਂ ਚੱਲ ਓਏ ਮੇਰਾ ਮਨ ਬੜਾ ਦੁਖੀ ਆ ਜੇ ਤੁਸੀਂ ਦੇ ਦੋਗੇ 2-4 ਲੱਖ ਦੇ ਦਿਓ ਬਸ ਤੈਨੂੰ ਤਾਂ ਸਭ ਕੁਛ ਮਿਲੂਗਾ ਕਹਾ ਵੀਰ ਨੂੰ ਖਵਾਉਣ ਵਾਸਤੇ ਨਹੀਂ ਮਿਲਦਾ ਉਹ ਤਾਂ ਬਈ ਗਾਹ ਢੋਊਗੀ ਨਾ ਨਾ ਇਹ ਗੱਲਾਂ ਗਲਤ
अगले दिन ले जाऊंगी। क्या चाह? मैंने की पता है? तू रो ना, कुछ नहीं होगा। मैं तेरे ना चलूं, मैं पढ़ती हूँ तेरी गोती नहीं समार के जाके। खड़ी हो? हाँ चल। खड़ी हो, कुछ नहीं करना, जब फाट होग दिन जाओ सार। चल, चल। मोबाइल उ डिगया मैं चाके फड़ाता थले डिगया मोबाइल सोनू फड़ाया मेरी जेब चो कढ़े ही सुना ना ना मोबाइल ऊई मार दे कप ना मन्ने जी मन्ने जी ना मैं कीती है चोरी ओ ना मेरी गल सुनो तुसी एदा 18 जाने ए एदा कल्ला जाना तुसी ने जान कुट कुट के मनाए जान के दस की मैं तो मन्नी नहीं मैं कदम एदा कंडीशन बनाना मेरी ओ चोरे चख ले सौ समान हुंदागा तन्नु किन्ने बारी कह तू ना लोकां ने भले करया कर आ देख ले चोरी करूंगा मैं अज तक ट्राले रेल गड्डिया बेचती दिमाग मैं झूठ मनी नहीं नवा नवा काम स्टार्ट कर गाउन बजाउन दा ए अपना पहला प्रोग्राम है हो सकता आखरी भी हो जाए आपा सितर भी खा सकते पर तुसी मेनू माफ कर दियो आपा गाना सुनावांगे सोनू कदीप मानक दा नी पुत जट्टां दा हल बौंदा बड़े तड़के दा हाँ जी आओ जी चलन दो चला दिए करो शुरू करो हाँ तू रब दा नौ त्याला मन च मैं मत त्याला जड़े हाँ बने हुई ठीक है ठीक है नी पुत जट्टां दा हल बौंदा बड़े तड़के दा तेरी अखा मूरे नठदी सूरत प्यारी चितना लगदा तेरे बाजो मेरे हार दिए सौ तेरी सौ लगे पक्की गल कहना मैं मैनू सुनी सुनी लगदी दुनिया सारी लबे मड़ा तू भी दिवाज मूना कर दे तू मूना ता औखा है काम थोड़ा जा तेरू पता है आए करके बस ता ही कह देती असि भी नवा जा काम स्टार्ट करे ता करके सड लवे संद है नहीं गए सारे बाकी होर गल है जे कोई वीर भाई 10 20 रुपए देना चाहदा दे सकदा है आथन दा प्रोग्राम दे सकदा जी हैगा किसे कोले है दे लेओ की नाम हां जी नाम पुछ आला भी भाई गुरतेज वालों आपां नूं 101 रुपए इनाम दित्ता गया बहुत सलाम जी बहुत बहुत धन्यवाद जी बहुत बहुत पता की गल है जी गायक बंदे नूं कलाकार नूं होर कुछ नहीं एक बारी तालियां मार दो जोरदार बहुत बढ़िया एक और चक्कर गाना होर नहीं मित्रां दी हाक गोरी है देवी बाई दा गाना है ओ बाजा मार दती आपां हाका मार दे आ नहीं मित्रां दी हाक गोरी है खाली कंधा में बाजे बाजे मुड़ दी नी तू ता हुण की मुड़ी ना पता की है जी मेरे घर वाली भज गई थी ओ ते जुड़दा मड़ा जा गाना नी मित्रां दी हाक गोरी है खाली कंधा में बाजे बाजे मुड़ ले पले मान सम्मान देंगे कोई तू ता हुण की मुड़ी ना इनु मां कर लिया बुला के हां ਆਈ ਜੇ ਲਗਾ ਕਰੇ ਕਿ ਕਿਵੇਂ ਜਾਏਗਾ ਤੂੰ ਮੈਨੂੰ ਐ ਦੱਸ ਦੇ ਬੰਦਿਆਂ ਵਾਂਗੂ ਪੰਜਾਬੀ ਚ ਢੋਲ ਵਾਲਾ ਲਿਆਉਣਾ ਪਊਗਾ ਦੇਖੋ ਪਤਾ ਕੀ ਗੱਲ ਹੈ ਪ੍ਰੋਗਰਾਮ ਚੱਲ ਰਿਹਾ ਘੰਟੇ ਦਾ ਮੈਂ ਇਹਨਾਂ ਨਾਲ ਕਰਾਰ ਕਰਿਆ ਹੋਇਆ ਦੂ ਬਾਅਦ ਚ ਚੱਲਦੇ ਆਪਾਂ ਵਧੀਆ ਚੱਲ ਪਿਆ ਸਾਡਾ ਸਾਨੂੰ 4 ਰੁਪਏ ਬਣ ਲੱਗੇ ਤੁਸੀਂ ਪੈਸੇ ਦੀ ਪੈਰੂ ਨਾ ਹਾਂ 5000 ਦੇ ਉਹੀ ਗੱਲ ਤੇ ਜਿੱਦਰੀ ਗੱਲ ਆ ਕੋਈ ਐ ਤੁਸੀਂ ਆਏ ਤਾਂ ਦੇਖ ਲੈ ਤਾਂ ਲੋੜ ਪਿਆ ਪਿਆ ਹੈਗਾ ਇਹਦਾ ਮੇਰਾ ਸਾਰਾ ਬੋਲਣਾ ਸਹੀ ਹੋਰ ਉਹਨੇ ਇਹਨੇ ਦੇਖਣਾ ਸੀ ਨਾ ਭੋਲੇ ਤੈਨੂੰ ਐ ਪਤਾ ਹੀ ਨਹੀਂ ਰਹੇਗਾ ਤੂੰ ਮੈਨੂੰ ਫੋੜਦਾ ਕਰਦਾ ਚੱਲ ਮੇਰਾ ਛੱਡ ਓ ਮੈਂ ਚੱਲ ਕੇ ਨਹੀਂ ਆ ਕੇ ਚੱਲ ਕੇ औखा हो बगाने बंद का होर नी कुछ तू पैसे तू रह जा
ਕਰ ਤੂੰ ਹੋਰ ਇਹਦੀ ਪੇਮੈਂਟ ਮੈਂ ਕਰਦਾ ਇਹਦੀ ਪੇਮੈਂਟ ਰਹਿੰਦੀ ਐ ਨਾ ਮੇਰੇ ਸਾਲੇ ਇੱਥੇ ਤੂੰ ਖੜਾ ਬੰਦਾ ਰਹਿ ਜਾ ਤੈਨੂੰ ਸ਼ਰਮ ਨਹੀਂ ਹੈ ਤੈਨੂੰ ਕੁੱਤੇ ਬੰਦਿਆ ਇੱਥੇ ਬਗਾਨੇ ਪਿੰਡ ਚ ਤੂੰ ਕੀ ਕੁਛ ਕਰਮ ਦਾ ਪੁੱਤ ਨਹੀਂ ਆ ਸ਼ਰਮ ਬੇੜਾ ਬਜਾ ਤੇਰਾ ਛੜੇ ਹੋਇਦਾ ਸਾਡਾ ਕੀ ਪਤਾ ਕਲਾਕਾਰਾਂ ਦਾ ਕਿੱਥੇ ਲਾਉਣਾ ਹੋਏਗਾ ਕਲਾਕਾਰ ਨੂੰ ਮੇਰੇ ਸਾਲੇ ਅਰਜਣ ਗਿਲੇ ਦੀ ਸਾਊਂਡ ਲਵਾਈ ਹੁੰਦੀ ਤੇ ਛੜਿਆ ਹੋਇਆ ਜਾ ਮੈਂ ਕਰੇ ਨਾ ਚੱਲ ਇਹ ਬਿਜ਼ਨਸ ਤੇ ਮੱਚਦੇ ਨੇ ਇਹ ਮੱਚਦੇ ਆ ਦੇਖ ਲੈ ਮੇਰਾ ਛੜਦਾ ਕਹਿੰਦਾ ਟੋਬੇ ਦਾ ਕਬਾ ਟੁੱਟ ਚੱਲ ਉੱਥੇ ਤੇ ਡਲ ਜਾ ਕਰਦਾ ਕੀ ਚੱਲ ਚਲੋ ਫਿਰ ਮੇਰੇ ਸਾਲੇ ਨੇ ਅੰਦਰ ਬਾੜਨ ਵਾਲੇ ਘਰ ਰੱਖੇ ਆ ਆ ਜਾ ਕਰੇ ਲੈ ਕੇ ਚੱਲ ਇਹਨੂੰ ਕਾਕੇ ਇਹ ਤਾਂ ਤੁਸੀਂ ਆ ਗਏ ਜੇ ਤੁਸੀਂ ਨਾ ਆਉਂਦੇ ਨਾ ਇੱਕ ਅੱਧਾ ਬੰਦਾ ਮੈਂ ਚੇਪ ਦੇਣਾ ਸੀ ਉਹਨੂੰ ਤਾਂ ਮੈਨੂੰ ਪੇਸ਼ ਕਰ ਦੇਣਾ ਉਹਦਾ ਪਤਾ ਵਸਣਾ ਮੈਨੂੰ ਹਾਂ ਉਹ ਤਾਂ ਕੱਲਾ ਸ਼ੇਰ ਘੇਰ ਲਿਆ ਗਿੱਦੜਾ ਨੇ ਕੱਲੇ ਕੱਲੇ ਨੂੰ ਤਾਂ ਮੈਂ ਵੱਢ ਦਿੰਦਾ ਨਹੀਂ ਸਹੀ ਗੱਲ ਹੈ ਪਾਪਾ ਲੈ ਪਾਣੀ ਪੀ ਲੈ ਪਾਪਾ ਇੱਕ ਗੱਲ ਤਾਂ ਹੈਗੀ ਪਾਪਾ ਇਹੋ ਜਿਹੇ ਪੁੱਠੇ ਜਿਹੇ ਕੰਮ ਕਾਹਤੋਂ ਕਰਦਾ ਉਹਨਾਂ ਨੂੰ ਤੈਨੂੰ ਕਿੰਨੀ ਵਾਰੀ ਕਿਹਾ ਜੇ ਕੋਈ ਕੰਮ ਕਰਨਾ ਕੋਈ ਚੱਜਦਾ ਕਰ ਕੀ ਕੱਢਿਆ ਤੂੰ ਹੀ ਮੇਰੀ ਬੇਇੱਜ਼ਤੀ ਕਰਾਤੀ ਲੈ ਓਹੋ ਪੁੱਤਾਂ ਤੂੰ ਸਮਝਦੀ ਨਹੀਂ ਪਤਾ ਕੀ ਗੱਲ ਹੈਗੀ ਮੈਂ ਜੇਬ 'ਚ ਤਾਂ ਹੱਥ ਪਾ ਲਿਆ ਸੀ ਮੇਰਾ ਹੱਥ ਕੰਮ ਗਿਆ ਪੈਸੇ ਪਾਪਾ ਉਹ ਗੱਲ ਤਾਂ ਠੀਕ ਹੈ ਤੇਰੀ ਫਿਰ ਵੀ ਮਾੜਾ ਮੋਟਾ ਦੇਖ ਕੇ ਕੰਮ ਕਰਿਆ ਕਰਦੇ ਨੇ ਹੁਣ ਤੈਨੂੰ ਪਤਾ ਚੱਲ ਉਹ ਪਹਿਲਾਂ ਤਾਂ ਤੇਰਾ ਜਮਾਈ ਹੈਗਾ ਤੂਰੇ ਸਾਂਭ ਲੈਂਦਾ ਤੀ ਉਹ ਜਦੋਂ ਪ੍ਰਧਾਨ ਸੀਗਾ ਹੁਣ ਤੈਨੂੰ ਪਤਾ ਉਹ ਵੀ ਨਹੀਂ ਇੱਥੇ ਹੈਗਾ ਹੁਣ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਹੁਣ ਅਸੀਂ ਦੋਨੇ ਸਾਂਭਾਂਗੇ ਤਾਈ ਕੀ ਸਾਂਭੋਗੇ ਪ੍ਰਧਾਨ ਜੀ ਕਿਉਂ ਲੈ ਬੈਠਾ ਜਦੋਂ ਓਹੋ ਮੇਰੀ ਗੱਲ ਸੁਣ ਪਾਪਾ ਤੂੰ ਕਿਵੇਂ ਸਾਂਭ ਲੇਗਾ ਪ੍ਰਧਾਨ ਜੀ ਜਦੋਂ ਮੇਰੇ ਘਰ ਵਾਲਾ ਪ੍ਰਧਾਨ ਸੀ ਦੇਖ ਉਹ ਚੱਲ ਹੁਣ ਜੇਲ੍ਹ 'ਚ ਵੱਗ ਗਿਆ ਹੁਣ ਉਹਦੀ ਥਾਂ ਤੇ ਪ੍ਰਧਾਨ ਜੀ ਮੈਂ ਕਰੂੰਗੀ ਪ੍ਰਧਾਨ ਜੀ ਭਾਈ ਤੂੰ ਹੀ ਕਰੀ ਸੈਨ ਸੂਣ ਅਸੀਂ ਤੇਰੇ ਕਰਾ ਲਿਆ ਕਰਾਂਗੇ ਕੰਮ ਤਾਂ ਮੈਂ ਤੇ ਕਾਕਾ ਕਰਾਂਗੇ ਚੱਲ ਕੋਈ ਗੱਲ ਨਹੀਂ ਊ ਮੈਨੂੰ ਯਕੀਨ ਜਾਤਾ ਨਹੀਂ ਹੈਗਾ ਦੇਖ ਕਾਕੇ ਤੇ ਤਾਂ ਮੈਨੂੰ ਜਮੀ ਨਹੀਂ ਹੈਗਾ ਪਹਿਲਾਂ ਵੀ ਮੈਂ ਬਥੇਰਾ ਸਮਝਾਇਆ ਇਹਨੂੰ ਉਦੋਂ ਵੀ ਨਹੀਂ ਸਮਝਿਆ ਪਰ ਜੇ ਤੂੰ ਕਹਿੰਦਾ ਵੀ ਹੁਣ ਬਾਹਰ ਅੰਦਰ ਜਾਣਾ ਫਿਰ ਮੈਨੂੰ ਵੀ ਔਖਾ ਹੈਗਾ ਹਨਾ ਹੁਣ ਜਨਾਨੀ ਮੈਂ ਕਿੱਥੇ ਫਿਰਿਆ ਕਰੂੰਗੀ ਜਿੰਨਾ ਪੈਸਾ ਧੇਲਾ ਅਸੀਂ ਲਿਆਵਾਂਗੇ ਠੀਕ ਸਾਰਾ ਤੇਰੇ ਹੱਥ ਆਊਗਾ ਫਿਰ ਇੱਕ ਗੱਲ ਹੋਰ ਵੀ ਪਾਪਾ ਮੇਰੀ ਕੰਨ ਖੋਲ ਕੇ ਸੁਣ ਲੈ ਤੈਨੂੰ ਇੱਥੇ ਹੀ ਰਹਿਣਾ ਪਊ ਮੇਰੇ ਕੋਲੇ ਤੂੰ ਤੇ ਕਾਕਾ ਦੋਨੇ ਲੈ ਪੁੱਤ ਤੂੰ ਹੁਣ ਇੱਥੇ ਆ ਮੈਂ ਜਾਂਦੇ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣ ਲੈ ਬੰਤ ਦੀ ਲਾ ਲੈ ਤੂੰ ਬੰਤ ਦੇ ਤਾਂ 4-5 ਪਰਚੇ ਪੈ ਗਏ ਮੈਨੂੰ ਲੱਗਦਾ ਵੀ ਉਹ ਤਾਂ ਨਹੀਂ ਹੋਣਾ ਆਉਂਦਾ ਇੱਕ ਗੱਲ ਹੋਰ ਆ ਪੁੱਤ ਫਾਂਸੀ ਵੀ ਹੋ ਸਕਦੀ ਨਾ ਪਾਪਾ ਦੇਖੀ ਐਡਾ ਨਾ ਨਾ ਇਹ ਗੱਲ ਨਾ ਤੂੰ ਮੂੰਹੋਂ ਕਹਿ ਚੱਲ ਕੋਈ ਗੱਲ ਨਹੀਂ ਕਰਿਆ ਉਹਨੇ ਜਿਹੜਾ ਗੁਨਾਹ ਕਰਿਆ ਉਮਰ ਕੈਦ ਬਥੇਰੀ ਆ ਹੁਣ ਆਹ ਕਿਹੜੀਆਂ ਲੱਗ ਗਿਆ ਤੂੰ ਗੱਲਾਂ ਕਰਨ ਫਿਰ ਵੀ ਮੇਰੇ ਸਿਰ ਦਾ ਸਾਈਆਂ ਚਾਹੇ ਚੰਗਾ ਚਾਹੇ ਮਾੜਾ ਸੁਹਾਗਣ ਤਾਂ ਮੈਂ ਹੈਗੀ ਆ ਆਏ ਤਾਂ ਆਪਾਂ ਉਹਨੂੰ ਜਿਉਂਦਾ ਰੱਖਾਂਗੇ ਚਾਹੇ ਜੇਲ੍ਹ 'ਚ ਹੀ ਰੱਖੀਏ ਮੇਰੀ ਗੱਲ ਤਾਂ ਸੁਣ ਲੈ ਮੈਂ ਜਦੋਂ ਜੇਲ੍ਹ 'ਚ ਗਿਆ ਹਾਂ ਪਹਿਲਾਂ ਤਾਂ ਮੈਂ ਫੋਨ ਕਰਿਆ ਮਹਾ ਇੱਕ ਟੈਂਪੂ ਕੈਨੂਆਂ ਦਾ ਇੱਕ ਟੈਂਪੂ ਕੇਲਿਆਂ ਦਾ ਤੇ ਉਹ ਵੱਡਾ ਟੈਂਕਰ ਇਹਦਾ ਤੇਲ ਵਾਲਾ ਉਹ ਜੂਸ ਦਾ ਭਰ ਕੇ ਲਾ ਕੇ ਆਇਆ ਜਾਣ ਦੇ ਤਾਂ ਅੰਦਰ ਇੰਨਾ ਸਮਾਨ ਹਾਂ ਮੇਰੀ ਪਹੁੰਚ ਪਹੁੰਚ ਨੂੰ ਜਾਂ ਜਾਣ ਦੀ ਭਾਈ ਤੂੰ ਪਹੁੰਚ ਤਾਂ ਆਪਾਂ ਤੇਰੀ ਬਹੁਤ ਆ ਜਾਂਦਾ ਮੈਨੂੰ ਪਤਾ ਤਾਂ ਹੀ ਤਾਂ ਦੇਖਦਾ ਜਮਾਈ ਆਪਦੇ ਵਰਗਾ ਭਾਲਿਆ ਤੀ ਵਾ ਜਿਹੇ ਜੇ ਤੇਰੇ ਬੈਲ ਪੁਣੇ ਤੇ ਉਹੇ ਜਗ੍ਹਾ ਹੋ ਦਿੱਤੀ ਪਰ ਉਹ ਵਿਚਾਰਾ ਰਗੜਿਆ ਗਿਆ ਕਰੇ ਕੀ ਉਹ ਰਗੜਿਆ ਰਗੜਿਆ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਚੱਲਦੀ ਰਹਿੰਦੀ ਨੇ ਜੇ ਇਹ ਗੱਲ ਨਾ ਹੋਵੇ ਫਿਰ ਬਦਮਾਸ਼ੀ ਕਿੱਥੋਂ ਹੋਊਗੀ ਸਹੀ ਗੱਲ ਹੈ ਜੇਲਾ ਥਾਣੇ ਦਰਬਾਰੇ ਇਹਦਾ ਜ਼ਰੂਰੀ ਨੇਗੇ ਨਾਲੇ ਮੇਰੀ ਗੱਲ ਸੁਣ ਲੈ ਕੁੜੀਏ ਆਹ ਹੁਣ ਮੇਰੀ ਗੱਲ ਬੁੜੀ ਘੇਰ ਲਈ ਮੈਂ ਇੱਕ ਮੈਂ ਝੋਲੇ ਚੋਂ ਕੱਢੀ ਕਰਦਾ ਮੈਂ ਬੁੜੀ ਦੇ ਗਲ ਤੇ ਲਾ ਲਈ ਮੇਰੇ ਚਾਕੇ ਉੱਤੋਂ ਦੀ ਮਾਰਿਆ ਮੈਨੂੰ ਬੁੜੀ ਨੇ ਹਾਂ ਫਿਰ ਮੈਂ ਉੱਥੋਂ ਭੱਜ ਲਿਆ ਤੇ ਪੁਲਿਸ ਵਾਲੇ ਘਰੇ ਆ ਗਏ ਕਹਿੰਦੇ 320 ਦਾ ਪਰਚਾ ਪੈ ਗਿਆ ਤੇਰੇ ਤੇ ਕਿਆ ਹੋ ਵੀ ਕਤਲ ਕਰ ਰਿਹਾ ਸੀ ਤੂੰ ਤੇ 420 ਦਾ ਪਿਆ ਹੋਣਾ 320 ਦਾ 320 ਦਾ ਹੁੰਦਾ ਕੁੜੀ ਤੈਨੂੰ ਤੈਨੂੰ ਕੀ ਪਤਾ ਤੈਨੂੰ ਇਹ ਗੱਲਾਂ ਦਾ ਨਹੀਂ ਪਤਾ ਜਿਹੜਾ ਚੱਲ ਚੱਲ ਮੈਨੂੰ ਨਹੀਂ ਪਤਾ ਮੈਂ ਕਿਹੜਾ ਕਹਾਂ ਉਹਰੇ ਵਕੀਲ ਲੱਗੀ ਹੋਈ ਜਾਂ ਕੋਈ ਜੱਜ ਲੱਗਿਆ ਹੋਇਆ ਹਾਂ ਦੱਸ ਅੱਗੇ ਫਿਰ ਸਾਡੇ ਜਿਹੜੇ ਉੱਪਰ ਵਾਲੇ ਨੇਗੇ ਜਿਹੜੇ ਆਰਡਰ ਦਿੰਦੇ ਨੇ ਸਾਨੂੰ ਵੀ ਉੱਥੇ ਤੁਸੀਂ ਆਏ ਕਰੋ ਜਿਨ੍ਹਾਂ ਕੋਲੋਂ ਪੈਸਾ ਆਉਂਦਾ ਉਹ ਕਹਿੰਦੇ ਤੂੰ ਕਿਸੇ ਉਰਾ ਪਰਾ ਰਫੂ ਚੱਕਰ ਹੋ ਜਾ ਮੈਂ ਫਿਰ ਸੋਚਿਆ ਵੀ ਮੈਂ ਰਫੂ ਚੱਕਰ ਕਿੱਥੇ ਮਾ ਮੇਰੇ ਯਾਦ ਆਇਆ ਕੁੜੀ ਕੋਲੇ ਚੱਲਦੇ ਆ ਹੁਣ ਮੈਨੂੰ ਲੱਗਦਾ 20-25 ਸਾਲ ਨਾ ਨਾ ਉਹ ਤਾਂ ਨਹੀਂ ਇੱਥੇ ਹੀ ਰਹੂੰ ਹੁਣ ਮੈਂ ਹੁਣ ਤੂੰ ਉੱਥੋਂ ਤੂੰ ਵੀ ਭੱਜ ਕੇ ਆਇਆ ਹੈ ਨਾ ਲੁਕਦਾ ਫਿਰਦਾ ਤੂੰ ਵੀ ਸਿੱਧੀ ਕਹਦੇ ਲੁਕਦਾ ਕਿਤੇ ਮੈਂ ਤਾਂ ਉਹੀ ਨਹੀਂ ਕਿਸੇ ਤੋਂ ਡਰਦਾ ਨਾ ਤੁਹਾਡੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆ ਗਿਆ ਪਾਪਾ ਮੇਰੀ ਤਾਂ ਦੇਖ ਪਹਿਲੀ ਕਿਸਮਤ ਖੋਟੀ ਤੀ ਪਹਿਲੀ ਤਾਂ ਮੈਨੂੰ ਖੂਚ ਧੱਕਾ ਦੇਤਾ ਤੀ ਹੈ ਰਹਿੰਦਾ ਖੂਦਾ ਹੁਣ ਮੈਨੂੰ ਆਏ ਆਸਤੀ ਵੀ ਚੱਲ ਤੂੰ ਮੇਰਾ ਸਹਾਰਾ ਬਣ ਕੇ ਆਏਗਾ ਆ ਸਹਾਰਾ ਬਣ ਕੇ ਆਏਗਾ ਸਹਾਰਾ ਪੁੱਤ ਤੇਰਾ ਘਰ ਮੈਂ ਡਿਗਣ ਨਹੀਂ ਦਿੰਦਾ ਜਿੰਨਾ ਪੈਸਾ ਤੇ ਲੁੱਟ ਖੋ ਕਰਾਂਗੇ ਅਸੀਂ ਉਹ ਸਾਰਾ ਤੇਰੇ ਕੋਲੇ ਆਊ ਲੈ ਮੈਂ ਲੁੱਟ ਖੋ ਆ ਪੈਸਾ ਕੀ ਕਰਨਾ ਮੇਰੇ ਕੋਲ ਕਿਹੜਾ ਕੋਈ ਸੈਨਿਕਾ ਸੁੱਖ ਨਾਲ ਜਾਇਜਾਤ ਹੈਗੀ ਹੈ ਮੈਂ ਤਾਂ ਆਪਦੇ ਹੱਕ ਦੀ ਕਮਾਈ ਹੀ ਖਾਣੀ ਹੈ ਪਹਿਲਾਂ ਦੇਖ ਲਓ ਉਹਨੇ ਕੀ ਕੱਢਿਆ ਪ੍ਰਧਾਨਗੀ ਚੋਂ ਨਾਲੇ ਆਪਣੀ ਰਿਆ ਨਾਲੇ ਮੈਨੂੰ ਖੁੰਝੇ ਲਾਤਾ ਨਾਲੇ ਲੋਕਾਂ ਦੀ ਥੂ ਥੂ ਥੋੜਾ ਕੁਝ ਕਹਿੰਦੇ ਨੇ ਲੋਕ ਇਹ ਨਹੀਂ ਛੱਡ ਸਕਦੇ ਅਸੀਂ ਹਾਂ ਸਾਰੇ ਕਹਿੰਦੇ ਨੇ ਪ੍ਰਧਾਨ ਪੈਰ ਛੱਡ ਗਿਆ ਖੜਾ ਨਹੀਂ ਹੈਗਾ ਹਾਂ ਉਹ ਛੱਡ ਗਿਆ ਫਾਇਦਾ ਹੈਗਾ ਦੇਗੇ ਹਾਂ ਦੇ ਜਾਣਦੀਆਂ ਛੋਟਾ ਪਾਂਡਾ ਛੇਤੀ ਉੱਛਲ ਜਾਂਦਾ ਕਾਹਨੂੰ ਮੇਰੇ ਮੂੰਹੋਂ ਸੱਚ ਕਹਾਉਣਾ ਚੁੱਪ ਚੀ ਫਾਇਦਾ ਮੈਂ ਚਾਹ ਲਿਆਉਣੀ ਆ ਬਣਾ ਕੇ ਕਬਜ਼ਾ ਲੈ ਕੇ ਆਉਣਾ
25,000 ਚੱਲ ਫਿਰ ਥੋੜਾ ਘੱਟਾ ਤਾਂ ਚੱਲਦਾ ਹੋਊਗਾ ਆਪਣਾ ਕੋਈ ਗੱਲ ਨੀ ਕੁੜੀ ਨੂੰ ਕਹਾਂਗੇ ਵੀ ਆਹ ਚੱਕ 25,000 ਉਹਦੀ ਮੰਨ ਜੂਗੀ ਜਿਹੜਾ ਇਹ ਆਖੂਗਾ ਹਾਂ ਚੱਲ ਕੱਢ ਗੱਡੀ ਫਿਰ ਆ ਜਾ ਚੱਲ ਪਹਿਲਾਂ ਇਹੀ ਕੰਮ ਕਰਕੇ ਆਉਣੇ ਆ ਆ ਜਾ ਚੱਲ ਚੱਲ।